ਪਿਛਲੇ ਸਾਲ ਇੰਨੀਆਂ ਮੰਗਾਂ ਲੈ ਕੇ ਬੈਠੇ ਸੀ ਆਪਣੀਆਂ ਰੈਗੂਲਰ ਕਰਨ ਦੀਆਂ ਜਾਂ ਇਕੁਅਲ ਕੰਮ ਇਕੁਅਲ ਸਾਨੂੰ ਪੇ ਦਿੱਤੀ ਜਾਵੇ ਇਸ ਸਾਲ ਵੀ ਇਹੀ ਮੰਗ ਹੈ ਪਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਲੇਕਿਨ ਐਕਚੁਅਲੀ ਅਸੀਂ ਆਪਣੀਆਂ ਮੰਗਾਂ ਪੂਰੀਆਂ ਕਰਾ ਕੇ ਹੀ ਉੱਠਣਾ ਚਾਹੇ ਜੋ ਮਰਜ਼ੀ ਹੋ ਜਾਵੇ ਏ ਬੀ ਸੀ ਸਰ ਨੂੰ ਆਪਣੀ ਕੁਰਸੀ ਤੋਂ ਉੱਠ ਕੇ ਆਉਣਾ ਹੀ ਪਊਗਾ ਕੁਛ ਮੰਗਾਂ ਕਿਹੜੀਆਂ ਨੇ ਸਾਡੀਆਂ ਜੀ ਇੱਕ ਤਾਂ ਜਿਹੜੇ ਆਊਟਸੋਰਸ ਵਾਲੇ ਹੈ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਡਰ ਕੀਤਾ ਜਾਵੇ ਅਤੇ ਜਿਹੜੇ ਕੰਟਰੈਕਟ ਦੇ ਹੈ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਵੀ ਇੰਨੀ ਦੇਰ ਤੋਂ ਸਾਡੀਆਂ ਜਿਹੜੀਆਂ ਲੁੱਟਾਂ ਹੋ ਰਹੀਆਂ ਉਹਨਾਂ ਨੂੰ ਬੰਦ ਕੀਤਾ ਕਰੀਬ ਕਿੰਨੇ ਕੁ ਮੁਲਾਜ਼ਮ ਨੇ ਇਸ ਤਰ੍ਹਾਂ ਚਾਰ 500 ਮੁਲਾਜ਼ਮ ਅਸੀਂ ਹੈਗੇ ਹਾਂ ਸਾਰੇ ਸਾਡੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਿੱਤੀ ਜਾਵੇ ਜਿਹੜਾ ਸਾਡਾ ਇਹ ਸੰਘਰਸ਼ ਦਾ ਜਿਹੜਾ ਵਿੱਢਣ ਦਾ ਜਿਹੜਾ ਮੇਨ ਕਾਰਨ ਆ ਉਹ ਇਹ ਹੈਗਾ ਵੀ ਜਿਹੜੀ ਯੂਨੀਵਰਸਿਟੀ ਹੈਗੀ ਹੈ ਨੋਟ ਆਟੋਨਮਸ ਬਾਡੀ ਹੈ ਜਿਹੜਾ ਕਿ ਅਸੀਂ ਡੀ ਸੀ ਸਾਹਿਬ ਨੂੰ ਪਹਿਲਾਂ ਬਹੁਤ ਪਹਿਲਾਂ ਲਿਖ ਕੇ ਦੇ ਚੁੱਕੇ ਹਾਂ ਜਿਹੜਾ ਅਸੀਂ ਤਕਰੀਬਨ 2 ਸਾਲ ਪਹਿਲਾਂ ਜਿਹੜਾ ਸੰਘਰਸ਼ ਪਹਿਲਾਂ ਵੀ ਵਿੱਢਿਆ ਸੀ ਜਿਹਦੇ ਵਿੱਚ ਡੀ ਸੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਵਾਇਆ ਸੀਗਾ ਇੱਕ ਕਮੇਟੀ ਬਣਾ ਕੇ ਜਿਹੜਾ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਡੀ ਸੀ ਸਾਹਿਬ ਨੇ ਫਿਰ ਦੁਬਾਰਾ ਜਿਹੜਾ ਹੈਗਾ ਉਹ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਮੀਟਿੰਗ ਹੋਣ ਕਰਕੇ ਉਹ ਕੰਮ ਉੱਥੇ ਠੱਪ ਹੋ ਗਿਆ ਉਸ ਤੋਂ ਬਾਅਦ ਸਾਨੂੰ ਕਿਹਾ ਗਿਆ ਵੀ ਯੂਨੀਵਰਸਿਟੀ ਕੋਲ ਜਿਹੜੇ ਆਪਣੇ ਪ੍ਰਾਪਤ ਫੰਡ ਨਹੀਂ ਹੈਗੇ ਜਿਨ੍ਹਾਂ ਕਿ ਫੰਡਾਂ ਦੀ ਘਾਟ ਕਾਰਨ ਜਿਹੜਾ ਇਹ ਰੈਗੂਲਾਈਜੇਸ਼ਨ ਨੂੰ ਜਿਹੜਾ ਪੈਂਡਿੰਗ ਰੱਖਿਆ ਗਿਆ ਉਸ ਤੋਂ ਬਾਅਦ ਨੈਕਸਟ ਜਿਹੜਾ ਅਸੀਂ ਜਦੋਂ ਦੁਬਾਰਾ ਮਿਲਿਆ ਗਿਆ ਫੰਡ ਵੀ ਆ ਗਏ ਫੰਡ ਆਉਣ ਤੋਂ ਬਾਅਦ ਜਿਹੜਾ ਸਾਨੂੰ ਅਗਲਾ ਜਿਹੜਾ ਲਾਰਾ ਲਾਇਆ ਗਿਆ ਉਹ ਇਹ ਕਿਹਾ ਗਿਆ ਕਿ ਜਿਹੜਾ ਹੈਗਾ ਪੰਜਾਬ ਸਰਕਾਰ ਕਰੂਗੀ ਫਿਰ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਬਣਾ ਦਿੱਤਾ ਗਿਆ ਐਕਟ ਬਣਾ ਦਿੱਤਾ ਗਿਆ ਉਹ ਐਕਟ ਵੀ ਜਿਹੜਾ ਇੱਥੇ ਜਿਹੜਾ ਬੇਭਰੋਸਗੀ ਸਾਬਤ ਹੋਇਆ ਅੱਜ ਕੀ ਕੀਤਾ ਗਿਆ ਅੱਜ ਜਿਹੜਾ ਹੈਗਾ ਜੀ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਡਿਸਟ੍ਰਿਕਟ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਇਹਨੂੰ ਅਸੀਂ 10 ਦਿਨ ਪਹਿਲਾਂ ਲਿਖ ਕੇ ਦੇ ਚੁੱਕੇ ਹਾਂ ਇਸ ਜਿਹੜੀਆਂ ਗੇਟ ਰੈਲੀਆਂ ਜਾਂ ਸਾਡਾ ਜਿਹੜਾ ਇਕੱਠ ਹੈ ਇਹਦੇ ਬਾਰੇ ਅਸੀਂ ਆਲਰੇਡੀ ਇੰਟੀਮੇਟ ਕੀਤਾ ਹੋਇਆ ਸੀਗਾ ਅਤੇ ਜਿਹੜਾ ਅਸੀਂ ਸਿਰਫ ਅਤੇ ਸਿਰਫ ਪ੍ਰਸ਼ਾਸਨ ਨੂੰ ਦੱਸਣਾ ਸੀਗਾ ਵੀ ਇਸ ਤਰ੍ਹਾਂ ਦਾ ਜਿਹੜਾ ਸੰਘਰਸ਼ ਆ ਉਹ ਵਿੱਢਿਆ ਜਾ ਸਕਦਾ ਜੇ ਤੁਸੀਂ ਸਾਡੀਆਂ ਜਾਇਜ਼ ਮੰਗਾਂ ਉਹਨਾਂ ਨੂੰ ਜਿਹੜਾ ਫੁੱਲ ਨਹੀਂ ਚੜਾਉਂਦੇ ਹੈਗੇ ਜਿਹੜਾ ਇਹ ਸੰਘਰਸ਼ ਅੱਗੇ ਗੰਭੀਰ ਰੂਪ ਧਾਰਨ ਕਰ ਸਕਦਾ ਦੋ ਸੌ 56 ਕੰਟਰੈਕਚੁਅਲ ਇੰਪਲੋਈ ਹੈ ਔਰ ਮੇ ਬੀ 200-300 ਆਊਟਸੋਰਸ ਪਰ ਹੋਣਗੇ ਇਹ ਕਿਸੇ ਵੇਲੇ ਸਰਕਾਰ ਨੇ ਸਿਸਟਮ ਬਣਾਇਆ ਤਾ ਵੀ ਆਊਟਸੋਰਸ ਪਰ ਰੱਖਣੇ ਦੇ ਜਾਂ ਕੰਟਰੈਕਚੁਅਲ ਇੰਪਲੋਈ ਰੱਖਣੇ ਦੇ ਉਹ ਰੱਖੋਗੇ ਇੱਥੇ ਇਹ ਮੈਨੂੰ ਪੂਰੀ ਤਸੱਲੀ ਹੈ ਕਿ ਜਿਹੜਾ ਕੰਟਰੈਕਚੁਅਲ ਇੰਪਲੋਈ ਜਾਂ ਆਊਟਸੋਰਸ ਜਿਹੜਾ ਇੰਪਲੋਈ ਹੈ ਉਹਨਾਂ ਨੂੰ ਜਿਹੜਾ ਰੈਗੂਲਰ ਇੰਪਲੋਈ ਹੈ ਉਹਦੇ ਮੁਕਾਬਲੇ 'ਚ ਤਨਖਾਹ ਕਾਫੀ ਘੱਟ ਮਿਲਦੀ ਔਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਹੜੇ ਮਹਿੰਗਾਈ ਕਾਫੀ ਹੈ ਤਾਂ ਗੁਜ਼ਾਰਾ ਕਰਨਾ ਵੀ ਔਖਾ ਬੱਚਿਆਂ ਨੂੰ ਪੜ੍ਹਾਉਣਾ ਵੀ ਔਖਾ ਇਹ ਸਾਰਾ ਕੁਛ ਔਖਾ ਹੈ ਪਰ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਵੀ ਪਿਛਲੇ 27,000 ਬੰਦਿਆਂ ਨੂੰ ਅਸੀਂ ਰੈਗੂਲਰ ਕਰਾਂਗੇ ਉਹ ਜਿਹੜਾ ਕੇਸ ਹੈ ਫਿਰ ਸਰਕਾਰ ਨੇ ਇੱਕ ਆਰਡੀਨੈਂਸ ਲਿਆਂਦਾ ਉਹ ਆਰਡੀਨੈਂਸ ਚੈਲੇਂਜ ਹੋ ਗਿਆ ਕਚਹਿਰੀ 'ਚ ਹਾਈ ਕੋਰਟ 'ਚ ਜੇ ਹਾਈ ਕੋਰਟ ਸਰਕਾਰ ਦੇ ਹੱਕ 'ਚ ਫੈਸਲਾ ਦਿੰਦੀ ਵੀ 27,000 ਬੰਦਿਆਂ ਨੂੰ ਰੈਗੂਲਰ ਕਰ ਦਿਓ ਤਾਂ ਇਹ 256 ਬੰਦੇ ਵੀ ਰੈਗੂਲਰ ਹੋ ਜਾਣਗੇ ਇਹ ਮੇਰੇ ਇੰਪਲੋਈ ਹੈ ਇਹਨਾਂ ਨਾਲ ਹੀ ਮੈਂ ਕੰਮ ਕਰ ਸਕਦਾ ਇਹਨਾਂ ਨਾਲ ਹੀ ਮੈਂ ਯੂਨੀਵਰਸਿਟੀ ਨੂੰ ਅੱਗੇ ਵਧਾ ਸਕਦਾ ਪਰ ਇਹ ਜਿਹੜਾ ਫੈਸਲਾ ਹੈ ਔਰ ਫੈਸਲਾ ਸਿਰਫ ਹਾਈ ਕੋਰਟ ਦੇ ਹੱਥ ਹੈ ਹਾਈ ਕੋਰਟ ਨੇ ਜਿਹੜਾ ਫੈਸਲਾ ਦੇਣਾ ਉਹ ਸਰਕਾਰ ਨੇ ਲਾਉਣਾ ਜਿਹੜਾ ਸਰਕਾਰ ਨੇ ਫੈਸਲਾ ਇੰਸਟਰਕਸ਼ਨ ਮੈਨੂੰ ਦੇਣੀ ਉਹ ਮੈਂ ਇਸ ਯੂਨੀਵਰਸਿਟੀ 'ਚ ਲਾ ਦਿੱਤਾ ਸਰ ਕੱਲ੍ਹ ਪਰਸੋਂ ਤੁਸੀਂ ਇਹਨਾਂ ਨੂੰ ਕੋਈ ਲੈਟਰ ਕੱਢਿਆ ਨੋ ਵਰਕ ਨੋ ਪੇ ਵਾਲਾ ਉਹ ਕੀ ਹੈ ਸਰ ਇਹ ਕੱਲ੍ਹ ਪਰਸੋਂ ਨਹੀਂ ਕੱਢਿਆ ਇਹ ਤਾਂ ਮੈਂ ਹੁਣ ਸਵੇਰੇ ਲਿਖਾਇਆ ਵੀ ਜਦ ਵੀ ਕੋਈ ਬੰਦਾ ਜਿੱਦਾਂ ਹੁਣ ਅੱਜ ਪਹਿਲੇ ਉੱਥੇ ਜਿਵੇਂ ਬੈਠਾ ਇੱਥੇ ਕੰਮ ਕਰ ਰਿਹਾ ਜਿਹੜੇ ਵੀ ਬੰਦੇ ਮਿਲਣ ਆ ਰਹੇ ਤੁਸੀਂ ਦੇਖਿਆ ਹੋਣਾ ਵੀ ਕੋਈ ਬੱਚਾ ਆਪਣੀ ਡਿਗਰੀ ਲੈਣ ਆ ਰਿਹਾ ਜਾਂ ਹਸਪਤਾਲ 'ਚ ਮਰੀਜ਼ ਜਿਹੜੇ ਆ ਰਹੇ ਹੈ ਜੇ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਾਂਗੇ ਉਹ ਇੱਥੋਂ ਦੁਖੀ ਹੋ ਕੇ ਜਾਣਗੇ ਸਾਡਾ ਇੰਸਟੀਟਿਊਸ਼ਨ ਜਿਹੜਾ ਯੂਨੀਵਰਸਿਟੀ ਦਾ ਇਹਦੇ 'ਚ 40,000 ਬੱਚਾ ਇਨਰੋਲਡ ਹੈ ਉਹਨਾਂ ਦੀਆਂ ਪ੍ਰੋਬਲਮਸ ਹੈ ਔਰ ਹਸਪਤਾਲ 'ਚ 700 ਇਨਡੋਰ ਬੈੱਡ ਹੈ ਉਹਨਾਂ ਦੀਆਂ ਪ੍ਰੋਬਲਮ ਜੇ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਾਂਗੇ ਫਿਰ ਪਹਿਲਾਂ ਹੀ ਸਾਡੇ ਰਿਸੋਰਸ ਘੱਟ ਹੈ ਫਿਰ ਅਸੀਂ ਪੈਸੇ ਕਿੱਥੋਂ ਦੇਵਾਂਗੇ ਇਸ ਕਰਕੇ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਅਸੀਂ ਪੈਸੇ ਦੇ ਦੇਵਾਂਗੇ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਉਹਨੂੰ ਪੈਸੇ ਦੇਣੇ ਔਖੇ ਹੈ